ਜਦੋਂ ਵੀ ਤੁਸੀਂ ਜਨਾਬ ਪੈਂਸਰੇ ਲਓ ਬਾਣੇ ਲਓ ਜਨਾਬ ਪੈਂਸਰੇ ਵੱਲ ਜਾਓ ਨਾ, ਅਤੇ ਰਾਹ 'ਚ ਪੁਲ ਬੇਨੀ ਵਾਲਾ ਆਉਂਦਾ ਹੈ, ਉੱਥੇ ਜਨਾਬ ਨਾਰੇ ਜਿੱਥੇ ਕਿ ਬੱਚੇ ਵੀ ਨਾਉਂਦੇ ਨੋ, ਅਤੇ ਤੁਸੀਂ ਸਾਰੇ ਉਹ ਬੜੀ ਖੁਸ਼ਗਵਾਰ ਜਗ੍ਹਾ, ਉੱਥੋਂ ਠੰਡੀਆਂ ਛਾਵਾਂ ਜਨਾਬ ਉਹ, ਅਤੇ ਯੂਨੀਕ ਰਿਹਾ ਅਤੇ ਹਕੀਕਤ ਦੇ ਕਰੀਬ ਚੀਜ਼ ਵਿਖਾਉਣੀ ਹੁਣ ਤੁਸੀਂ ਉਹ ਸਵਾਲ ਕਰ ਸਮਝਦੇ ਕਿ ਉਹ ਹੈ ਕੀ ਛਾ, ਅਤੇ ਲਿਖਿਆ ਹੁੰਦਾ ਵੀ ਸਵਿਮਿੰਗ ਪੂਲ ਫਲਾਣਾ ਪੂਲ ਫਲਾਣਾ ਪੂਲ ਬੜਾ। ਬੇਲੀਓ ਕੀ ਹਾਲ ਹਨ, ਸਦਾ ਖੁਸ਼ ਰਹੋ, ਹੱਸਦੇ ਵਸਦੇ ਰਹੋ, ਆਬਾਦ ਰਹੋ। ਮੈਂ ਤੁਹਾਡਾ ਆਪਣਾ ਮੇਜ਼ਬਾਨ ਚੌਧਰੀ ਅਖਤਰ ਸਮੇਰ ਜੋਕਾ, ਅਤੇ ਮੈਂ ਤੁਹਾਨੂੰ ਇੱਕ ਯੂਨੀਕ ਰਿਹਾ ਅਤੇ ਹਕੀਕਤ ਦੇ ਕਰੀਬ ਚੀਜ਼ ਵਿਖਾਉਣੀ ਹੁਣ ਤੁਸੀਂ ਉਹ ਸਵਾਲ ਕਰ ਸਮਝਦੇ ਵੀ ਉਹ ਹੈ ਕੀ ਛਾ। ਉਹ ਜਨਾਬ ਇੰਝ ਹੈ ਬਈ ਸ਼ਹਿਰਾਂ 'ਚ ਤੁਸੀਂ ਜਾਂਦੇ ਹੋ ਨਾ ਅਕਸਰ, ਅਤੇ ਲਿਖਿਆ ਹੁੰਦਾ ਵੀ ਸਵਿਮਿੰਗ ਪੂਲ ਫਲਾਣਾ ਪੂਲ ਫਲਾਣਾ ਪੂਲ ਬੜਾ ਠੰਡਾ ਪਾਣੀ ਹੈ, ਲੇਕਿਨ ਜਿਹੜੀ ਅੱਜ ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਂਦਾ ਪਿਆਂ, ਅਤੇ ਮੈਂ ਇੱਥੇ ਆਇਆ ਵਦਾਂ ਪੁਲ ਬੇਰੀਆਂ ਵਾਲਾ, ਅਤੇ ਨਹਿਰ ਹੈ ਅਤੇ ਪਾਣੀ ਜਨਾਬ ਵਗਦਾ ਪਿਆ, ਅਗਰ ਮੇਰਾ ਕੈਮਰਾਮੈਨ ਵਿਖਾ ਸਕੇ ਤਾਂ। ਇਹ ਨਹਿਰ ਜਿਹੜੀ ਵਗਦੀ ਪਈ ਹੈ ਨਾ, ਇਹਦਾ ਤਾਂ ਪਾਣੀ ਬੜਾ ਠੰਡਾ ਹੈ। ਇੱਕ ਹੋਰ ਤੁਹਾਨੂੰ ਬੜੇ ਚਸਕੇ ਦੀ ਗੱਲ ਸੁਣਾਉਣੀ ਹੈ ਵੀ ਉੱਤੋਂ ਜਨਾਬ ਠੱਡੀ ਛਾਂ ਹੈ, ਕੀਕਰਾਂ ਦੀ ਛਾਂ ਹੈ ਜਨਾਬ, ਅਤੇ ਉਸ ਤੋਂ ਇਲਾਵਾ ਨਾਲ ਨਹਿਰ ਦੇ ਜਨਾਬ ਬਾਗ ਲੱਗਾ ਹੋਇਆ, ਅਮਰੂਦਾਂ ਦਾ ਬਾਗ ਹੈ, ਬੜੇ ਮਿੱਠੇ ਅਮਰੂਦ ਹੈ ਨੋ, ਅਤੇ ਤੁਹਾਨੂੰ ਅਗਰ ਇੱਥੇ ਇਤਫਾਕ ਹੋਵੇ ਨਾ ਆਉਣ ਦਾ ਨਹਿਰ 'ਤੇ ਨਾਵਣ ਦਾ, ਅਤੇ ਇੱਕ ਤਾਂ ਜਨਾਬ ਠੰਡੀ ਛਾਂ ਹੈ ਅਤੇ ਨਾਲ ਅਮਰੂਦਾਂ ਦਾ ਬਾਗ। ਲੇਕਿਨ ਤੁਹਾਨੂੰ ਇੱਕ ਨਾਲ ਹੋਰ ਵੀ ਮਜ਼ੇ ਦੀ ਗੱਲ ਸੁਣਾਉਣੀ ਹੈ ਵੀ ਅਮਰੂਦ ਕਦੀ ਖੋ ਕੇ ਨਹੀਂ ਖਾਣੇ, ਅਤੇ ਇਵੇਂ ਵੀ ਨਹੀਂ ਮੁਫਤ 'ਚ ਖਾਣੇ, ਕਿਉਂਕਿ ਉਹ ਬੜਾ ਮਰਦੇ ਨੋ, ਮਾਰਨ ਨਾਲੋਂ ਮੈਂ ਤਾਂ ਅਕਸਰ ਵਜਿੰਦੇ ਡੇਰੇ ਵੱਜਣਾ ਔਖਾ ਹੁੰਦਾ ਹੈ, ਅਤੇ ਪੈਸੇ ਲੈ ਕੇ ਆਉਣਾ ਅਤੇ ਅਮਰੂਦ ਖਾਣੇ ਨੂੰ, ਅਤੇ ਨਾਵਣ ਦੇ ਵੀ ਜਨਾਬ ਮਜ਼ੇ ਕਰਨੇ ਨੂੰ। ਨਾਲੇ ਆ ਵੇਖੋ ਨਾ ਨਾਲ ਜੰਗਲ ਲੱਗੋ, ਫੁੱਲ ਜੰਗਲ ਹੈ, ਫੁੱਲ ਜੰਗਲ ਦਾ ਮਾਹੌਲ ਹੈ ਜਨਾਬ, ਅਤੇ ਪਾਣੀ ਬੜਾ ਠੱਡਾ, ਅਤੇ ਤੁਸੀਂ ਗਰਮੀਆਂ ਇੰਜ ਹੈ ਵੀ ਮੈਂ ਤੁਹਾਨੂੰ ਆਪਣਾ ਇੱਕ ਹਕੀਕਤ ਦੇ ਕਰੀਬ ਬਈ ਇੰਜ ਹੋਇਆ ਵੀ ਸਾਰਿਆਂ ਉਹਨਾਂ ਆਖਿਆ ਵੀ ਜਨਾਬ ਤੋਂ ਅੱਜ ਨਾਰੇ ਨਾਉਣਾ ਹੈ, ਹੁਣ ਮੈਂ ਸੋਚ 'ਚ ਪੈ ਗਿਆ ਕਿਉਂਕਿ ਮੈਂ ਇੱਥੇ ਠਿਲਣਾ ਆਉਂਦਾ ਕੋਈ ਨਾ ਜੀ, ਉਹਨਾਂ ਜਨਾਬ ਨਾ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਂ ਜਨਾਬ ਨਾ ਨਹਿਰ 'ਚ ਨਾਨਾ ਵਾਂ, ਲੇਕਿਨ ਉਹਨਾਂ ਮੈਨੂੰ ਨਾ ਨਹਿਰ ਦੇ ਵਿੱਚ ਧੱਕਾ ਦੇ ਛੱਡਿਆ, ਹੁਣ ਇੰਜ ਵੀ ਠਿਲਣਾ ਬੈਠੇ ਤਾਂ ਆਉਂਦਾ ਕੋਈ ਨਾ, ਅਤੇ ਨਹਿਰ ਆ ਡੁੱਗੀ ਮੰਗਵਾਣੇ ਦੀ ਨਹਿਰ ਆ, ਮੈਂ ਤਾਂ ਵਿੱਚ ਜਨਾਬ ਬੁੱਢ ਗਈ, ਹੁਣ ਜਿਹੜੇ ਮੈਨੂੰ ਬਚਾਵਣ ਆਵੇ ਮੈਂ ਉਹ ਬਚਾਉਣ ਵਾਲਿਆਂ ਨੂੰ ਥੱਲੇ ਕਰਾਂ ਅਤੇ ਆਪ ਉਤਾਂ ਆ। ਉਹਨਾਂ ਜਦੋਂ ਮੈਂ ਨਿਕਲੇ ਉਹਨਾਂ ਆਖਿਆ ਵੀ ਸਾਡੇ ਪਿਓ ਦਾਦੇ ਦੀ ਤੌਬਾ ਜੇ ਇਹਨਾਂ, ਤੈਨੂੰ ਆਖੇ ਵੀ ਨਾ ਰਹਿੰਦਾ। ਅੱਛਾ, ਅਤੇ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਹੈ, ਟੂਪਾਂ ਜਿਹੜੀਆਂ ਨੇ ਉਹ ਤੁਸੀਂ ਨਾਲ ਲੈ ਕੇ ਆਉਣੀਆਂ ਜਿਹਨਾਂ 'ਤੇ ਛਿਲਣਾ ਨਹੀਂ ਹੁੰਦਾ, ਅਤੇ ਮੈਂ ਤਾਂ ਨਾਉਣਾ ਕੋਈ ਨਹੀਂ, ਜਿਹਨਾਂ ਨਾਉਣਾ ਉਹ ਜਨਾਬ ਆਵੇਨ ਮਜ਼ੇ ਕਰੇਨ ਇੰਜੋਏ ਕਰੇਨ। ਆਪਣੇ ਮੇਜ਼ਬਾਨ ਅਖਤਰ ਸਮੇਰ ਜੋਕਾ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।